ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ, ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਨੇ, ਵੀਡੀਓ ਪਹਿਲੀ ਵਾਰ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਦੋਸਤੋ ਬੈਲ ਆਈਕਨ ਨੂੰ ਵੀ ਔਲ 'ਤੇ ਸੈੱਟ ਕਰ ਲਿਓ। ਕਿਸਾਨ ਵੀਰੋ, ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਕਿਸਾਨ ਵੀਰੋ, ਅੱਜ ਇੱਕ ਹੋਰ ਜਿਹੜੀ ਵਹਿੜ ਲੈ ਕੇ ਆਏ ਹਾਂ, ਇਹ ਕਿਸ ਨਸਲ ਦੇ ਵਿੱਚ ਹੈਗੀ ਆ, ਦੇਸੀ ਨਸਲ ਆ ਜਾਂ ਕਰੋਸ ਬਰੀਡ ਹੈਗੀ, ਉਹ ਪਵੀਰ ਹੋਣਾ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣ ਲਵਾਂਗੇ। ਜਿਹੜਾ ਪਿੰਡ ਆ ਦੋਸਤੋ, ਛੀਆਂ ਪੈੜੀ ਆ ਜਾਂਦਾ, ਤਹਿਸੀਲ ਜੀਰਾ, ਜ਼ਿਲ੍ਹਾ ਜਿਹੜਾ ਫਿਰੋਜ਼ਪੁਰ ਆ ਜਾਂਦਾ ਹੈ। ਸੋ ਕਿਸਾਨ ਵੀਰੋ, ਆ ਜੀਰੇ ਤੋਂ ਅੰਮ੍ਰਿਤਸਰ ਰੋਡ 'ਤੇ ਤਕਰੀਬਨ ਮਹੂ ਤੋਂ 5 ਤੋਂ 4 ਕਿਲੋਮੀਟਰ ਦੀ ਆ ਦੂਰੀ 'ਤੇ ਇਹ ਪਿੰਡ ਜਿਹੜਾ ਸਥਿਤ ਹੈਗਾ, ਛੀਆਂ ਪਾੜੀ। ਸੋ ਓਨਰ ਇਸ ਦੇ ਜਿਹੜਾ ਹੈਗੇ ਹਨ ਦੋਸਤੋ, ਵੀਰ ਬੂਟਾ ਸਿੰਘ ਜੀ ਹਨ, ਉਹਨਾਂ ਦੇ ਕੋਲ ਜਿਹੜੀ ਇਹ ਵਹਿੜ ਹੈਗੀ ਆ। ਸੋ ਪੁੱਛ ਲੈਂਦੇ ਹਾਂ ਵੀਰ ਹੋਣਾ ਦੇ ਕੋਲ, ਲੈ ਲੈਂਦੇ ਹਾਂ ਜਾਣਕਾਰੀ ਇਸ ਵਹਿੜ ਦੀ, ਕਿੰਨਾ ਮਿਲਕ, ਕੀ ਰਿਕਾਰਡ ਹੈਗਾ। ਸੋ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸੋ ਵੀਰ ਜੀ, ਅੱਜ ਆਪਾਂ ਇੱਕ ਹੋਰ ਐਨੀਮਲ ਲੈ ਕੇ ਆਏ ਹਾਂ, ਹਾਂਜੀ, ਅਤੇ ਇਹ ਵਹਿੜ ਦੇ ਵਿੱਚ ਹੈਗੀ ਆ। ਵਹਿੜ ਵੀਰ ਜੀ, ਕਿਸ ਬਰੀਡ ਦੇ ਵਿੱਚ, ਨਸਲ 'ਚ ਜਾਂ ਦੇਸੀ ਆ ਜੀ? ਬਾਈ, ਦੇਸੀ ਕਰੋਸ 'ਚ ਆ ਜਾਂਦੀ ਹੈ। ਠੀਕ ਆ ਜੀ, ਦੇਸੀ ਕਰੋਸ ਦੀ ਇਹ ਜਿਹੜੀ ਵਹਿੜ ਹੈਗੀ ਹੈ। ਅਤੇ ਵੀਰ ਜੀ, ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ? ਬਾਈ, 3 ਦਿਨ ਹੋ ਗਏ ਸੂਈ। 3 ਦਿਨ ਹੋ ਗਏ ਹਨ, ਅਤੇ ਸੂਆ ਵੀਰ ਜੀ ਕਿਨਮਾ ਹੋਵੇਗਾ? ਦੂਜਾ ਵੀਰ ਜੀ। ਠੀਕ ਆ, ਦੂਜਾ ਸੂਆ। ਕਿਸਾਨ ਵੀਰੋ, ਅੱਜ 3 ਦਿਨ ਤਕਰੀਬਨ ਹੋ ਗਏ ਹਨ ਸੂਈ ਨੂੰ ਵਹਿੜ। ਬਾਕੀ ਮਗਰ ਜਿਹੜਾ ਬੱਚਾ ਆ ਗਿਆ ਜੀ, ਉਹ ਕਿਹੜਾ? ਵੱਛਾ ਜੀ। ਵੱਛਾ ਮਗਰ। ਅਤੇ ਬਾਕੀ ਦੋਸਤੋ, ਜਿਹੜਾ ਬੱਚੇ ਦਾ ਦੇਖ ਸਕਦੇ ਹੋ ਤੁਸੀਂ, ਅੱਜ 3ਜੇ ਦਿਨ ਤੱਕ ਹੈ ਨਾਰੂ ਨਾਲ ਆ ਬੱਚੇ ਦੇ, ਵੱਛਾ ਮਗਰ ਮੇਲ ਕਾਫ ਆ। ਸੋ ਦੋਸਤੋ, ਜਿਹੜੀ ਵਹਿੜ ਆ, ਵੀਰ ਹੋਣਾ ਦੱਸਿਆ ਵੀ ਦੇਸੀ ਕਰੋਸ ਹੈਗੀ ਆ, ਬਾਕੀ ਜਿਹੜੀ ਵਹਿੜ ਹੈਗੀ ਚੰਗੀ ਆ। ਬੂਟਾ ਵੀਰ ਜੀ, ਕਿੰਨਾ ਕੁ ਮਿਲਕ ਦੁੱਧ ਵਿੱਚ ਦੂਜਾ ਬੌਲੇ ਦੇ ਵਿੱਚ ਕਿੰਨਾ ਕੁ ਮਿਲਕ ਤਿਆਰ ਹੈਗਾ ਜੀ? 10-11 ਲੀਟਰ ਤਿਆਰ ਜੀ। 10 ਲੀਟਰ ਜਾਂ 11 ਲੀਟਰ ਹੀ ਹੋਵੇਗਾ? ਹਾਂਜੀ, ਬੌਲਾ ਤਿਆਰ ਆ। 11 ਲੀਟਰ ਤਿਆਰ ਹੈ। ਠੀਕ ਆ। ਸੋ ਕਿਸਾਨ ਵੀਰੋ, ਬਾਕੀ ਜਿਹੜਾ ਹੁਣ ਮੌਕੇ ਦਾ ਟਾਈਮ ਆ, 6 ਦਾ ਟਾਈਮ ਹੈਗਾ, ਆਪਾਂ ਇਸ ਦੀ ਜਿਹੜੀ ਚੁਵਾਈ ਆ ਉਹ ਵੀ ਤੁਹਾਨੂੰ ਜ਼ਰੂਰ ਰਿਕਾਰਡਿੰਗ ਕਰਕੇ ਦਿਖਾਵਾਂਗੇ, ਕਿੰਨੀ ਚੁਵਾਈ ਹੁੰਦੀ ਆ, ਕਿੰਨਾ ਮਿਲਕ ਮਿਣਤੀ ਦੇ ਵਿੱਚੋਂ ਆਉਂਦਾ, ਉਹ ਆਪਾਂ ਤੁਹਾਨੂੰ ਜ਼ਰੂਰ ਜਿਹੜਾ ਵਿਖਾਵਾਂਗੇ ਰਿਕਾਰਡਿੰਗ ਦੇ ਥਰੂ। ਜਿਹੜਾ ਟਾਈਮ ਆ ਦੋਸਤੋ, ਉਹ 6 ਵਜੇ ਹਨ। ਆਪਾਂ ਬਾਕੀ ਵੀਰ ਨੂੰ ਕਹਿੰਦੇ ਹਾਂ ਥੋੜ੍ਹਾ ਨੂੰ ਖੋਲ੍ਹ ਕੇ ਆਪਾਂ ਇੱਧਰ ਤੋਰ ਹੀ ਲਈਏ। ਬਾਕੀ ਦੋਸਤੋ, ਜਿਹੜੀ ਆਰਡਰ ਦੀ ਕੁਆਲਿਟੀ ਆ, ਵਹਿੜ ਦੀ ਕਾਫੀ ਜ਼ਿਆਦਾ ਸੋਹਣੀ ਹੈਗੀ ਆ, ਥਣ ਵੀ ਕਾਫੀ ਜ਼ਿਆਦਾ ਵਿੱਥ 'ਤੇ ਆ। ਬਾਕੀ ਆਰਡਰ ਬਿਲਕੁਲ ਵੇਖ ਸਕਦੇ ਦੋਸਤੋ, ਚੰਗਾ 1 ਨੰਬਰ ਦਾ ਆਰਡਰ ਹੈਗਾ। ਇੱਕ ਦੋਸਤੋ ਜਿਹੜਾ 4 ਥਣ ਨੇ, ਇੱਕ ਛੋਟਾ ਥਣ ਸਾਈਡ 'ਤੇ ਹੈਗਾ, ਪਰ ਉਹਦੀ ਕੋਈ ਐਡੀ ਵੈਲਿਊ ਨਹੀਂ ਹੈਗੀ ਗੀ। ਬਾਕੀ ਜਿਹੜੇ ਥਣ ਉਹ 4 ਹੀ ਹਨ, ਚੱਲਦੇ ਵਧੀਆ। ਬਾਕੀ ਹਵਾਨੇ ਦੀ ਬਣਤਰ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ, ਚੰਗਾ ਸੋਹਣਾ ਹਵਾਨਾ ਹੈਗਾ। 2 ਮਿੰਟ ਵੀਰੇ ਖਿਲਾਰ ਲਓ, 2 ਮਿੰਟ ਖਿਲਾਰ ਲਓ। ਬਾਕੀ ਕਿਸਾਨ ਵੀਰੋ, ਜਿਹੜੀ ਵਿੱਥੀ ਆ ਵਿਰਲਾ ਥਣਾਂ ਦੀ, ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ, ਸੋਹਣੀ ਵਿਰਲ ਹੈਗੀ ਆ। ਬਾਕੀ ਦੇਸੀ ਦੇ ਵਿੱਚ ਹੈਗੀ ਆ ਦੋਸਤੋ, ਜਿਸ ਮੇਰੇ ਵੀਰ ਭਰਾ ਨੇ ਡੇਅਰੀ ਲਈ ਅੱਗੇ ਘਰ ਲਈ ਗਾਂ ਲੈਣੀ ਹੋਵੇ, ਉਹ ਜ਼ਰੂਰ ਖਰੀਦ ਸਕਦਾ, ਕਿਉਂਕਿ ਅੱਗੇ ਗਰਮੀ ਦੇ ਵਿੱਚ ਵੀ ਜਿਹੜੀ ਮਤਲਬ ਕਿ ਬਹੁਤ ਜ਼ਿਆਦਾ ਲਾਹੇਵੰਦ ਹੈਗੀ ਆ। ਠੀਕ ਆ ਵੀਰ ਜੀ, ਠੀਕ ਆ। ਬਾਕੀ ਦੋਸਤੋ, ਇਸਦੀ ਜਿਹੜੀ ਆਪਾਂ ਮਿਲਕਿੰਗ ਆ, ਉਹ ਰਿਕਾਰਡਿੰਗ ਦੇ ਥਰੂ ਤੁਹਾਨੂੰ ਜ਼ਰੂਰ ਕਰਕੇ ਦਿਖਾਵਾਂਗੇ। ਵੀਰ ਹੋਣਾ ਨੇ ਹੁਣ ਚੁਆਈ ਕਰਨੀ ਹੈ, ਟਾਈਮ 6 ਵਜੇ ਦੋਸਤੋ ਹੁਣ ਹੈਗਾ, ਟਾਈਮ ਈਵਨਿੰਗ ਦਾ 6 ਵਜੇ ਹਨ ਦੋਸਤੋ ਟਾਈਮ। ਬਾਕੀ ਵੀਰ ਹੁਣ ਨੂੰ ਕਹਾਂਗੇ ਚੁਆਈ ਇਸਦੀ ਬੇਸ਼ੱਕ ਕਰ ਸਕਦੇ ਹਾਂ। ਅਤੇ ਬੂਟਾ ਵੀਰ ਜੀ, ਜਿਹੜਾ ਮੁੱਲ ਆ, ਕੀ ਕਰਦੇ ਹਾਂ ਡਿਮਾਂਡ ਆਪਾਂ? 42,000 ਦੀ। 42,000 ਆ ਜੀ? ਹਾਂਜੀ। ਠੀਕ ਹੈ ਜੀ, 42,000 ਕੋਈ ਫਿਕਸ ਨਹੀਂ, ਮਤਲਬ ਕਿ ਮਾਣ ਤਾਨ ਹੋ ਜਾਣਗੇ? ਹਾਂਜੀ ਜੀ। ਠੀਕ ਆ। ਸੋ ਕਿਸਾਨ ਵੀਰੋ, ਵੀਰ ਉਹਨਾਂ ਦਾ ਵਪਾਰ ਦਾ ਕੰਮ ਆ, ਪਸ਼ੂ ਅੱਗੇ ਵੀਰ ਉਹਨਾਂ ਦੇ ਕੋਲ ਆਏ ਨੇ, ਸੇਲ ਹੋਏ ਨੇ। ਬਾਕੀ ਜਿਹੜਾ ਮੇਰਾ ਵੀਰ ਆਵੇ, ਤੁਸੀਂ ਵੀ ਆਪਦੀ ਜਿਹੜੀ ਨਰਖ ਫਰਖ ਆ, ਤੁਸੀਂ ਆਪ ਖੁਦ ਜ਼ਰੂਰ ਕਰਿਓ, 2 ਡੰਗ ਦੀ ਚੁਵਾਈ ਆ ਜ਼ਰੂਰ ਕਰਿਓ, ਨੇੜੇ ਤੇੜਿਓਂ ਜਿੱਥੋਂ ਵੀ ਤੁਸੀਂ ਆਉਣਾ, ਆਪਦੀ ਜਿਹੜੀ ਸੰਤੁਸ਼ਟੀ ਆ ਤੁਸੀਂ ਚੁਵਾਈ ਕਰਕੇ ਤੁਸੀਂ ਖੁਦ ਨੇ ਆਪ ਕਰਨੀ ਹੈਗੀ ਆ। ਸੋ ਵੀਰ ਨੂੰ ਕਹਾਂਗੇ ਬੇਸ਼ੱਕ, ਜਿਹੜਾ ਵੀਰ ਜੀ ਆਪਾਂ ਵੱਛਾ ਕਾਫ ਛੱਡ ਦਈਏ ਅਤੇ ਚੁਵਾਈ ਬੇਸ਼ੱਕ ਆਪਾਂ ਕਰਨੀ ਸਟਾਰਟ ਹੀ ਕਰ ਲਈਏ।